ਦੇ ਰਿਵਾਜ ਅਲੱਗ ਹੋ ਸਕਦੇ ਨੇ, ਪਰ ਜਦੋਂ ਗੱਲ ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਜੀ ਦੀ ਆਉਂਦੀ ਹੈ ਤੇ ਉਹ ਮਾਲਕ ਵੀ ਇੱਕ ਹੈ, ਉਹਦਾ ਧਰਮ ਵੀ ਇੱਕ ਹੈ ਤੇ ਉਹਦੇ ਗੁਣ ਵੀ ਇੱਕ ਹੀ ਨੇ। ਸੱਚ ਦਾ ਰੂਪ ਹਰ ਜਗ੍ਹਾ ਇੱਕੋ ਜਿਹਾ ਹੈ, ਵੱਖ ਵੱਖ ਦੇਸ਼ ਕੌਮ ਜਾਤ ਪਾਤ ਮਜ਼ਹਬ ਦੇ ਵਿੱਚ ਸੱਚ ਦਾ ਰੂਪ ਬਦਲਵਾ ਨਹੀਂ ਹੁੰਦਾ। ਸੱਚ ਦਾ ਰੂਪ ਹਰ ਜਗ੍ਹਾ ਇੱਕੋ ਹੀ ਹੈ, ਇਸੇ ਤਰ੍ਹਾਂ ਹੱਕ ਦਾ ਵੀ ਇੱਕੋ ਹੀ ਰੂਪ ਹੈ, ਸੰਤੋਖ ਦਾ ਵੀ ਇੱਕੋ ਹੀ ਰੂਪ ਹੈ। ਤੇ ਸਾਧ ਸੰਗਤ ਜੀ, ਫਿਰ ਸਾਨੂੰ ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਜੀ ਦੇ ਗੁਣ ਰੱਖ ਕੇ ਸਾਂਝ ਬਣਾਉਣੀ ਚਾਹੀਦੀ ਹੈ, ਕਿਉਂਕਿ ਸਾਂਝ ਫਿਰ ਹੀ ਬਣਦੀ ਹੈ। ਸਾਡੇ ਕੋਲ ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਜੀ ਦੇ ਗੁਣ ਹੋਣ, ਸਤਿ ਸ੍ਰੀ ਅਕਾਲ ਪੁਰਖ ਜੀ ਦੀ ਸ਼ਨਾਖਤ ਹੋਵੇ, ਸਾਧ ਸੰਗਤ ਜੀ ਇਹ ਹੋਣਾ ਬੇਹੱਦ ਜ਼ਰੂਰੀ। ਪਰ ਆਮ ਤੌਰ ਤੇ ਕੀ ਹੈ ਕਿ ਸਾਡਾ ਹੱਲ ਵਿਪਰੀਤ ਹੁੰਦਾ ਹੈ, ਅਸੀਂ ਬਾਹਰੀ ਰਸਮਾਂ ਨੂੰ ਤੇ ਧਰਮ ਸਮਝ ਲੈਂਦੇ ਹਾਂ, ਪਰ ਅੰਦਰੂਨੀ ਤੌਰ ਤੇ ਅਸੀਂ ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਨੂੰ ਨਹੀਂ ਜਾਣਦੇ, ਜਿਹਦੇ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ। ਜਿੱਥੇ ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਜੀ ਦੇ ਗੁਣ ਰੱਖਣੇ ਬਹੁਤ ਜ਼ਰੂਰੀ ਨੇ, ਉੱਥੇ ਮਾਲਕ ਸਤਿ ਸ੍ਰੀ ਅਕਾਲ ਪੁਰਖ ਜੀ ਦੀ ਸ਼ਨਾਖਤ ਹੋਣੀ ਵੀ ਸਾਡੇ ਕੋਲ ਬਹੁਤ ਜ਼ਰੂਰੀ ਹੈ, ਕਿਉਂਕਿ ਸਾਧ ਸੰਗਤ ਜੀ ਸਾਨੂੰ ਗੁਰੂ ਸਾਹਿਬਾਨਾਂ ਨੇ ਪਵਿੱਤਰ ਗੁਰਬਾਣੀ ਦੁਆਰਾ ਦੱਸਿਆ ਹੈ ਕਿ ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਜੀ ਦੀ ਮੂਰਤ ਅਕਾਲ ਹੈ, ਸਤ ਪੁਰਖ ਅਕਾਲ ਮੂਰਤ ਹਿਰਦੈ ਧਰੋ ਧਿਆਨ। ਕਿਆ ਤੇ ਸਾਨੂੰ ਇਹ ਸੀ ਕਿ ਹਿਰਦੇ ਵਿੱਚ ਧਿਆਨ ਧਰੋ ਅਕਾਲ ਮੂਰਤ ਦਾ, ਪਰ ਜੀਵ ਕਾਲ ਦੀ ਮੂਰਤ ਨਾਲ ਜਾਂ ਕਹਿ ਲਓ ਸਮੇਂ ਦੀ ਮੂਰਤ ਨਾਲ ਜੁੜਿਆ ਰਹਿੰਦਾ ਹੈ, ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਨਾਲ ਨਹੀਂ ਜੁੜਦਾ। ਉਸ ਅਕਾਲ ਮੂਰਤ ਦੇ ਨਾਲ ਨਹੀਂ ਜੁੜਦਾ, ਉਸ ਅਕਾਲ ਮੂਰਤ ਦੇ ਨਾਲ ਜੁੜਨ ਲਈ ਜੀਵ ਕੋਲ ਸ਼ਨਾਖਤ ਹੋਣੀ ਜ਼ਰੂਰੀ ਹੈ, ਸਮਝ ਹੋਣੀ ਜ਼ਰੂਰੀ ਹੈ, ਗਿਆਨ ਹੋਣਾ ਜ਼ਰੂਰੀ ਹੈ। ਪਰ ਸਾਧ ਸੰਗਤ ਜੀ ਸਾਡਾ ਕੀ ਸੁਭਾਅ ਹੈ, ਅਸੀਂ ਕੀ ਕਰਦੇ ਹਾਂ? ਇਨਸਾਨ ਦੁਨਿਆਵੀ ਪੱਖ ਤੇ ਤਾਂ ਕਿਸੇ ਵੀ ਚੀਜ਼ ਨੂੰ ਜਾਣਨ ਵਾਸਤੇ ਆਪਣੀ 100% ਕੋਸ਼ਿਸ਼ ਕਰਦਾ ਹੈ, ਆਪਣੀ ਪੂਰੀ ਸਮਝ, ਆਪਣਾ ਪੂਰਾ ਦਿਮਾਗ ਉਧਰ ਨੂੰ ਲਾ ਦਿੰਦਾ ਹੈ, ਨਫਾ ਨੁਕਸਾਨ
ਵੇਖਦਾ ਹੈ। ਪਰ ਜਦੋਂ ਗੱਲ ਆਉਂਦੀ ਹੈ ਉਸ ਮਾਲਕ ਸਤ ਸ੍ਰੀ ਅਕਾਲ ਪੁਰਖ ਜੀ ਦੇ, ਤਾਂ ਸਾਧ ਸੰਗਤ ਜੀ ਫਿਰ ਜੀਵ ਅੱਖਾਂ ਬੰਦ ਕਰਕੇ ਅੱਖਾਂ ਮੀਟ ਕੇ ਚੱਲਦਾ। ਨਫੇ ਨੁਕਸਾਨ ਸਭ ਕੁਝ ਕਰਦਾ ਹੈ, ਪਰ ਜਦੋਂ ਪਰਮਾਰਥ ਦੀ ਗੱਲ ਆਉਂਦੀ ਹੈ ਉਦੋਂ ਨਾ ਸਮਝ ਬਣ ਕੇ ਅੱਖਾਂ ਬੰਦ ਕਰਕੇ ਅੱਖਾਂ ਮੀਟ ਕੇ ਚੱਲਦਾ। ਪਰ ਅਸਲ ਵਿੱਚ ਪਰਮਾਰਥ ਦਾ ਮਾਰਗ ਸਮਝ ਦਾ ਮਾਰਗ ਹੈ। ਸਮਝ ਨਾਲ ਸੂਝ ਨਾਲ ਜਾਣ ਕੇ ਚੱਲਣ ਵਾਲਾ ਮਾਰਗ ਹੈ, ਕਿਉਂਕਿ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ ਅਕਲੀ ਕੀ ਚੈਦਾ। ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਨੂੰ ਅਕਲ ਦੇ ਨਾਲ ਜਾਣਿਆ ਜਾਂਦਾ ਹੈ। ਤੇ ਸਾਧ ਸੰਗਤ ਜੀ ਅਕਲ ਦੇ ਨਾਲ ਵਿਵੇਕ ਦੇ ਨਾਲ ਗਿਆਨ ਦੀਆਂ ਅੱਖਾਂ ਦੇ ਨਾਲ ਹੀ ਉਸ ਪਰਮ ਹਸਤੀ ਦਾ, ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਦਾ ਅਸੀਂ ਦਰਸ਼ਨ ਕਰ ਸਕਦੇ ਹਾਂ। ਗਿਆਨੀ ਅੰਜਨ ਦੇ ਨਾਲ ਹੋਣੇ ਨੇ ਦੀਦਾਰ, ਜੋਤ ਜਾਣੇ ਅੰਜਨ ਦੇ ਨਾਲ ਹੋਣੇ ਨੇ ਦੀਦਾਰ।
ਜੋ